खेती कानूनों नूं लैके सूबे दे विच भाजपा दे आगूआं खिलाफ किसानां दा गुस्सा वलवले खा रहा। हुण अबोहर तो भाजपा दे विधायक अरुण नारंग नूं किसानां दे गुस्से दा सामना करना पिया। मलोट मीटिंग करन पहुंचे अरुण नारंग नूं किसानां ने घेर लिया अते उन्हां दी कुटमार शुरू कर दित्ती। इस कुटमार दे विच अरुण नारंग दे कपड़े तक फट गए अते नग्न अवस्था दे विच ही उह बाजार विच घूमदे दिखाई दित्ते। पुलिस ने बहुत ही मुश्किल दे नाल नारंग नूं किसानां दे कहर तों बचाया अते इक दुकान च बंद कर दित्ता। इस घटना दी वीडियो सोशल मीडिया ते बहुत तेजी नाल वायरल हो रही है। ਭਾਜਪਾ ਆਗੂ ਤੀਕਸ਼ਣ ਸੂਦ ਵੱਲੋਂ ਇਸ ਘਟਨਾ ਤੋਂ ਬਾਅਦ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਿਆ ਗਿਆ। ਦਾਈ ਜਾਂ ਦੁਰਭਾਗਿਆਪੂਰਨ ਘਟਨਾ ਹੋਈ ਆ ਕਿ ਸਾਡੇ ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਜਿੱਤੇ ਹੋਏ ਜਿਹੜੇ ਵਿਧਾਇਕ ਹੈਗੇ ਆ ਅਰੁਣ ਨਾਰੰਗ ਜੀ, ਉਹਨਾਂ ਦੀ ਡਿਊਟੀ ਸੀਗੀ ਮੁਕਤਸਰ ਜ਼ਿਲ੍ਹੇ ਦੇ ਵਿੱਚ ਪ੍ਰੈਸ ਕਰਨਾ, ਔਰ ਜ਼ਿਲ੍ਹੇ ਨੇ ਮਲੋਟ ਦੇ ਵਿੱਚ ਪ੍ਰੈਸ ਕਾਨਫਰੰਸ ਰੱਖੀ ਸੀ। ਜਦੋਂ ਉੱਥੇ ਪਹੁੰਚੇ ਆ ਉੱਥੇ ਇੱਕ ਪਲੈਨਡ ਤਰੀਕੇ ਦੇ ਨਾਲ ਔਰ ਪੁਲਿਸ ਦੀ ਮਿਲੀ ਭਗਤ ਦੇ ਨਾਲ ਸ਼ਹਿ ਨਾਲ ਉਹਨਾਂ 'ਤੇ ਹਮਲਾ ਕੀਤਾ ਗਿਆ। ਉਹਨਾਂ ਦੇ ਕੱਪੜੇ ਪਾੜੇ ਗਏ, ਉਹਨਾਂ ਦੀ ਜਾਨ ਨੂੰ ਖਤਰੇ 'ਚ ਪਾਇਆ ਗਿਆ, ਔਰ ਨਾਲ ਦੀ ਨਾਲ ਅੱਗ ਲਾ ਕੇ ਭਾਰਤੀ ਜਨਤਾ ਪਾਰਟੀ ਦਾ ਦਫ਼ਤਰ ਫੂਕਣ ਦੀ ਕੋਸ਼ਿਸ਼ ਕੀਤੀ ਗਈ, ਔਰ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਅੱਗ ਲੱਗਣ ਨਾਲ। ਇੱਕ ਐਸਾ ਲੋਕਤੰਤਰ ਆ, ਅਸੀਂ BJP ਵਾਲੇ ਵਾਰਨ ਕਰਨਾ ਚਾਹੁੰਦੇ ਹਾਂ ਇਸ ਸਰਕਾਰ ਨੂੰ, ਅਤੇ ਇਹ ਜਿਹੜਾ ਖੇਲ ਹੈ ਬੰਦ ਹੋਣਾ ਚਾਹੀਦਾ ਹੈਗਾ। ਅਤੇ ਇਸ ਤਰ੍ਹਾਂ ਤੁਸੀਂ ਭਾਜਪਾ ਨੂੰ ਡਰਾ ਨਹੀਂ ਸਕਦੇ। ਭਾਜਪਾ ਨੇ ਬੜੇ ਉਤਾਰ ਚੜ੍ਹਾਅ ਦੇਖੇ ਆ। ਇਹ ਜਿਹੜੀ ਸਰਕਾਰ ਆ ਇਹ ਲਾਅ ਐਂਡ ਆਰਡਰ ਮੇਨਟੇਨ ਰੱਖਣ ਦੇ ਵਿੱਚ ਪੂਰੀ ਤਰ੍ਹਾਂ ਨਾਕਾਮਯਾਬ ਰਹੀ ਹੈ। ਇਹਨੂੰ ਸਰਕਾਰ 'ਚ ਬਣੇ ਰਹਿਣ ਦਾ ਔਰ ਕੈਪਟਨ ਸਾਹਿਬ ਨੂੰ CM ਬਣੇ ਰਹਿਣ ਦਾ ਹੱਕ ਬਿਲਕੁਲ ਨਹੀਂ ਰਿਹਾ।